ਉਮਰ ਸ਼ਾਹੋ ਸਾਲੋ ਗੁਰਪਾਸ ਉਮਰ ਸ਼ਾਹ ਹੋਏ ਮੁਸਲਮਾਨ ਸਤਿਗੁਰੂ ਜੀ ਦਾ ਸ਼ਰਧਾਲੂ ਪ੍ਰੇਮੀ ਕਮਾਈ ਵਾਲਾ ਬ੍ਰਹਮ ਗਿਆਨੀ ਸਿੱਖ ਹੋਇਆ ਗੁਰੂ ਘਰ ਵਿੱਚ ਕਿਸੇ ਨਾਲ ਵੀ ਵਿਤਕਰਾ ਨਹੀਂ ਮਹਾਰਾਜ ਜੀ ਦੀ ਖੁਸ਼ੀ ਕਿਸੇ 'ਤੇ ਵੀ ਹੋ ਸਕਦੀ ਹੈ ਭਾਵਨਾ ਹੋਣੀ ਚਾਹੀਦੀ ਹੈ ਹਿਰਦੇ ਮੁਸਲਮਾਨ ਵੀ ਸਿੱਖ ਬਣ ਸਕਦਾ ਹਿੰਦੂ ਵੀ ਬਣ ਸਕਦਾ ਸਾਰੇ ਹੀ ਬਣ ਸਕਦੇ ਆ ਬਈ ਗੁਰੂ ਘਰ ਵਿੱਚ ਕੋਈ ਬੰਦਿਸ਼ ਨਹੀਂ ਹੈ ਪਾਬੰਦੀ ਨਹੀਂ ਹੈ ਉਮਰ ਸ਼ਾਹੋ ਅਤੇ ਭਾਈ ਸਾਲੋ ਜੋ ਸਤਿਗੁਰੂ ਜੀ ਦੇ ਪਾਸ ਬੈਠੇ ਆ ਗਮਨੇ ਸਭ ਹਨ ਕੋ ਸੰਗ ਬਾਹਰ ਸਾਰਿਆਂ ਨੂੰ ਨਾਲ ਲੈ ਕੇ ਤੁਰੇ ਹਨ ਆਨੰਦ ਕਾਰਜਾਂ ਵੱਲ ਨੂੰ ਲਾਵਾਂ ਕੇ ਚੱਲੇ ਉਮੰਗ ਇਹ ਲਾਵਾਂ ਹੋਣੀਆਂ ਹਨ ਬੜਾ ਉਤਸ਼ਾਹ ਹੈ ਸਾਰਿਆਂ ਦੇ ਮਨ ਵਿੱਚ ਵਾਜਤ ਵਾਜਤ ਜਾਤ ਅਗਾਰੀ ਵਾਜੇ ਅੱਗੇ ਅੱਗੇ ਵੱਜਦੇ ਜਾ ਰਹੇ ਆ ਬਰਾਤ ਦੇ ਕੀਰਤ ਭਾਟ ਨਕੀਬ ਉਚਾਰੀ ਔਰ ਜਿਹੜੇ ਸਾਧ ਸੰਗ ਜੀ ਚੋਬਦਾਰ ਭਾਟ ਹੈ ਉਹ ਉੱਚੀ ਉੱਚੀ ਦੱਸਦੇ ਜਾ ਰਹੇ ਆ ਕਿ ਸਤਿਗੁਰੂ ਆ ਰਹੇ ਆ ਭਾਈ ਸੰਗਤੇ ਬਰਾਤ ਆ ਰਹੀ ਹੈ ਸਨਮਾਨ ਵਿੱਚ ਸਾਰੇ ਸਾਵਧਾਨ ਹੋਵੋ ਉਹਨਾਂ ਨੂੰ ਨਕੀਬ ਕਿਹਾ ਜਾਂਦਾ ਸੀ ਜਿਹੜੇ ਅਗਾਊਂ ਸੂਚਨਾ ਦਿਆ ਕਰਦੇ ਜਿਨ੍ਹਾਂ ਦੇ ਹੱਥ ਵਿੱਚ ਸੋਨੇ ਚਾਂਦੀ ਦੀਆਂ ਚੋਬਾਂ ਹੁੰਦੀਆਂ ਸਨ ਆਤ ਪੱਤਰ ਦੂਲੋ ਪਰ ਫਿਰ ਹੀ ਬੜਾ ਸੁੰਦਰ ਸੁਨਹਿਰੀ ਛਤਰ ਦੂਲੇ ਦੇ ਉੱਤੇ ਝੂਲ ਰਿਹਾ ਹੈ ਚਮਰ ਚਾਰ ਸਤਿਗੁਰ ਪਰ ਢੁਰ ਹੀ ਬਹੁਤਾ ਸੁੰਦਰ ਚੌਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਉੱਤੇ ਵੀ ਢੁਲ ਰਿਹਾ ਹੈ ਮੈਦ ਕੁਲਾਹਲ ਸਭ ਮੈਂ ਹੋਵਾ ਬਹੁਤ ਵੱਡਾ ਉਸ ਵਕਤ ਸਾਰਿਆਂ ਦੇ ਵਿੱਚ ਜੈ ਜੈਕਾਰ ਦੂਰ ਦੂਰ ਤੱਕ ਵਾਜਿਆਂ ਦੀ ਆਵਾਜ਼ ਜਾ ਰਹੀ ਐਸਾ ਕੁਲਾਹਲ ਹੋ ਰਿਹਾ ਹੈ ਗਰਜ ਪੈ ਰਹੀ ਹੈ ਤ੍ਰਿਅਗਨ ਚਾਹਤ ਦੁੱਲੋ ਜੋਵਾ ਜਿੰਨੀਆਂ ਇਸਤਰੀਆਂ ਉਹ ਦੇਖਣਾ ਚਾਹੁੰਦੀਆਂ ਕਿ ਬਾਹਰ ਦੁੱਲਾ ਕਿਹੋ ਜਿਹਾ ਹੈ ਸੁਣ ਬਾਦਤ ਕੀ ਧੁਨ ਇੱਕ ਵਾਰੀ ਜਦੋਂ ਇੱਕੋ ਵਾਰੀ ਸਾਧ ਸੰਗਤ ਜੀ ਵਾਦਿਆਂ ਦੀ ਗੂੰਜ ਪਈ ਨਾ ਚਾਰੇ ਪਾਸੇ ਬੇਭਰਮ ਪਇਓ ਸਭ ਹਨ ਮਨ ਨਾਰੀ ਇਹ ਬੇਭਰਮੇ ਨੂੰ ਕਹਿੰਦੇ ਵੀ ਅਚਾਨਕ ਘਬਰਾ ਆ ਜਾਣਾ ਸੁੱਧ ਬੁੱਧ ਨਾ ਰਹਿਣੀ ਸਾਰਿਆਂ ਦੇ ਬੀਬੀਆਂ ਦੇ ਮਨਾਂ ਵਿੱਚ ਐਸੀ ਹਾਲਤ ਹੋ ਗਈ ਤਜੀ ਕਾਰ ਘਰ ਕੀ ਉੱਠਤਾਈ ਉਹ ਜੋ ਇਹ ਕੰਮ ਕਰਦੀਆਂ ਸਨ ਉੱਥੇ ਛੱਡ ਕੇ ਦੌੜ ਪਈਆਂ ਦੁੱਲੇ ਦੇ ਸੁੰਦਰ ਮੁਖੜੇ ਨੂੰ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਤੱਕਣ ਵਾਸਤੇ ਸ਼ੁਦਰ ਘੰਟਕਾ ਲੇ ਕਰ ਪਾਈ ਦੇਖੋ ਸਾਧ ਸੰਗਤ ਜੀ ਕੈਸਾ ਅਲੰਕਾਰ ਭਾਈ ਸਾਹਿਬ ਬਣ ਰਹੇ ਹੈ ਕਹਿੰਦੇ ਜਿਹੜੀਆਂ ਤੜਾਗੀਆਂ ਬੱਚਿਆਂ ਦੇ ਗਲ ਬੰਨੀ ਦੀਆਂ ਇੱਥੇ ਲੱਕ ਨਾਲ ਬੰਨੀ ਦੀਆਂ ਨਾ ਉਹ ਐਸੀ ਸੁੱਧ ਬੁੱਧ ਨੇ ਉਹ ਗਲਾਂ ਵਿੱਚ ਹੀ ਪਾ ਲਈਆਂ ਬੀਬੀਆਂ ਨੇ ਅੰਜਨ ਅੰਜਕ ਪੋਲਨ ਲਾਇਓ ਜਿਹੜਾ ਸਾਧ ਸੰਗਤ ਜੀ ਸੁਰਮਾ ਅੱਖਾਂ 'ਚ ਪਾਉ ਗੱਲਾਂ 'ਤੇ ਮਲ ਲਿਆ ਐਸੀ ਬੇਸੁੱਧ ਹੋ ਗਈ ਹੈ ਕੰਠ ਹਾਰ ਕੱਟ ਸੋ ਲਪਟਾਇਓ ਜਿਹੜਾ ਗਲ ਦੇ ਵਿੱਚ ਹਾਰ ਪਾਉਣੇ ਲੱਕ ਨੂੰ ਬੰਨ ਲਏ ਐਸੀ ਹਾਲਤ ਬਣੀ ਹੈ ਗਰਦ ਸ਼ੀਗਰਤਾ ਚੜੀ ਅਟਾਰੀ ਸੁੱਧ ਬੁੱਧ ਹੀ ਨਹੀਂ ਰਹੀ ਔਰ ਬੜੀ ਕਾਹਲੀ ਦੇ ਨਾਲ ਉੱਚੀਆਂ ਉੱਚੀਆਂ ਟਾਰੀਆਂ ਤੇ ਚੜ ਗਈਆਂ ਬੀਬੀਆਂ ਹਰੀ ਸੋ ਦੁੱਲੋਂ ਬਦਨ ਨਿਹਾਰੀ ਇੱਕੋ ਹੀ ਟੇਕ ਇੱਛਾ ਹੈ ਕਿ ਦੁੱਲੇ ਦਾ ਰੂਪ ਦੇਖਣਾ ਸੁਣਿਆ ਵੀ ਬਹੁਤ ਸੁੰਦਰ ਹੈ ਤ੍ਰਿਲੋਕੀ ਵਿੱਚ ਐਸਾ ਸੁੰਦਰ ਦੁੱਲਾ ਬਰ ਨਹੀਂ ਹੈ ਉਹਦਾ ਮੁੱਖ ਇੱਕ ਵਾਰੀ ਉਹਦੀ ਝਲਕ ਵੇਖਣੀ ਹੈ ਇਉਂ ਮਨ ਵਿੱਚ ਇੱਕੋ ਹੀ ਲਾਲਸਾ ਹੈ ਬਾਦਤ ਧੁਨ ਬੜ ਛੁੱਟੀ ਹਵਾਈ ਜਦੋਂ ਸਾਧ ਸੰਗਤ ਜੀ ਵਾਜੇ ਵਜੇ ਤੇ ਹਵਾਈਆਂ ਵੀ ਛੁੱਟੀਆਂ ਆਤਸ਼ਬਾਜ਼ੀ ਵੀ ਚੱਲੀ ਹੈ ਚੜੀ ਗਗਨ ਪੁੰਨ ਹਟ ਕਰ ਆਈ ਆਕਾਸ਼ ਨੂੰ ਹਵਾਈਆਂ ਚੱਲੀਆਂ ਤੇ ਆਕਾਸ਼ ਵਿੱਚੋਂ ਮੁੜ ਕੇ ਐ ਖਿਲਰ ਗਈਆਂ ਚਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਜਦੋਂ ਹਰਿਮੰਦਰ ਸਾਹਿਬ ਆਤਸ਼ਬਾਜ਼ੀ ਚੱਲਦੀ ਹੈ ਨਾ ਪਹਿਲਾਂ ਹਵਾਈ ਉੱਤੇ ਜਾਂਦੀ ਹੈ ਫਿਰ ਉਹਦੇ ਵਿੱਚੋਂ ਫੁੱਲ ਬਣ ਬਣ ਕੇ ਪ੍ਰਕਾਸ਼ ਦੀਆਂ ਚਗਿਆੜੀਆਂ ਫਿਰ ਚਾਰੇ ਪਾਸੇ ਖਿਲਰਦੀਆਂ
ਐਸੀ ਸੁੰਦਰ ਆਤਿਸ਼ਬਾਜ਼ੀ ਗੁਰੂ ਸਾਹਿਬ ਦੇ ਛੇਵੇਂ ਪਾਤਸ਼ਾਹ ਜੀ ਦੇ ਵਿਆਹ ਵੇਲੇ ਚੱਲ ਰਹੀ ਹੈ।